ਕੀ ਤੁਸੀਂ ਕਦੇ ਕੋਈ ਅਜਿਹੀ ਕਿਤਾਬ ਦੇਖੀ ਹੈ ਜੋ ਬਿਲਕੁਲ ਖਾਲੀ ਹੋਵੇ? ਅਜਿਹੀ ਕਿਤਾਬ ਜੋ ਬਿਲਕੁਲ ਖਾਲੀ ਹੋਣ ਦੇ ਬਾਵਜੂਦ ਪਿਛਲੇ 30 ਸਾਲਾਂ ਤੋਂ ਲਗਾਤਾਰ ਵਿਕ ਰਹੀ ਹੈ, ਹੈਰਾਨ ਹੋ ਗਏ? ਜੀ ਹਾਂ, ਇੱਕ ਅਜਿਹੀ ਕਿਤਾਬ ਜਿਸ ਦੇ 128 ਪੰਨੇ ਹਨ ਅਤੇ ਸਾਰੇ ਦੇ ਸਾਰੇ ਪੰਨੇ ਬਿਲਕੁਲ ਸਾਫ਼ ਹਨ, ਕੋਰੇ ਖਾਲੀ, ਪਰ ਫਿਰ ਵੀ ਇਹ ਕਿਤਾਬ ਪਿਛਲੇ 30 ਸਾਲਾਂ ਤੋਂ ਵਿਕ ਰਹੀ ਹੈ, ਜੋ ਕਿ ਇੱਕ ਰਿਕਾਰਡ ਹੈ। ਐਵਰੀਥਿੰਗ ਮੈਨ ਨਾਓ ਅਬਾਊਟ ਵੁਮਨ ਨਾਮ ਦੀ ਇਹ ਕਿਤਾਬ ਇੱਕ ਅਜਿਹੀ ਕਿਤਾਬ ਹੈ ਜਿਸ ਦੇ 128 ਪੰਨੇ ਹਨ ਅਤੇ ਸਾਰੇ ਪੰਨੇ ਬਿਲਕੁਲ ਖਾਲੀ ਹਨ, ਫਿਰ ਵੀ ਇਸ ਕਿਤਾਬ ਦੀਆਂ ਹੁਣ ਤੱਕ ਲੱਖਾਂ ਕਾਪੀਆਂ ਵਿਕ ਚੁੱਕੀਆਂ ਹਨ। ਕਿਤਾਬ ਦੇ ਬਾਹਰ ਇਸ ਦੇ ਲੇਖਕਾਂ ਵਜੋਂ ਡਾਕਟਰ ਐਲਨ ਫਰਾਂਸਿਸ ਅਤੇ ਕਿੰਡੀ ਕੈਸ਼ਮੈਨ ਦੇ ਨਾਮ ਲਿਖੇ ਹੋਏ ਹਨ। ਆਓ ਦਿਖਾਉਂਦੇ ਹਾਂ ਤੁਹਾਨੂੰ ਇਸ ਕਿਤਾਬ ਦੀ ਇੱਕ ਵੀਡੀਓ।